किसानां दे हक विच अपनी आवाज़ बुलंद करन लई धूरी तो कांग्रसी विधायक दलवीर गोल्डी अपने साथियां ते परिवार समेत शंभू बार्डर तो पैदल यात्रा लै के दिल्ली सिंघू बार्डर पहुंचे। ਮਜ਼ਦੂਰ ਏਕਤਾ ਜ਼ਿੰਦਾਬਾਦ, ਸਾਡਾ ਭਾਈਚਾਰਾ ਜ਼ਿੰਦਾਬਾਦ, ਜ਼ਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ, ਜ਼ਿੰਦਾਬਾਦ, ਜ਼ਿੰਦਾਬਾਦ। ਇੱਕ ਭਾਜੀ, ਤੁਸੀਂ ਸਿੰਘੂ ਬਾਰਡਰ ਤੇ ਕਿਸਾਨਾਂ ਦੀ ਹਮਾਇਤ ਲਈ ਪਹੁੰਚੇ ਹੋ ਤੇ ਤੁਸੀਂ ਕਿੰਨੇ ਦਿਨਾਂ ਤੋਂ ਪੈਦਲ ਚੱਲ ਕੇ ਆਏ ਹੋ? ਇੱਕ ਮਾੜਾ ਸਾਨੂੰ ਦੱਸਿਓ। ਅੱਜ ਸਾਡਾ ਚੌਥਾ ਦਿਨ ਹੈ ਜੀ ਪੈਦਲ ਯਾਤਰਾ ਦਾ। ਇਸ ਤੋਂ ਪਹਿਲਾਂ ਵੀ ਜਿਹੜਾ ਸੀਗਾ, ਅਸੀਂ ਧੂਰੀ ਤੋਂ ਟਿੱਕਰੀ ਬਾਰਡਰ ਤੱਕ ਜਿਹੜਾ ਪੈਦਲ ਰੋਸ ਮਾਰਚ ਕਰਿਆ ਸੀ ਅਤੇ ਸਾਡਾ ਮੰਤਵ ਇਸ ਪੈਦਲ ਮਾਰਚ ਦੇ ਪਿੱਛੇ ਸਿਰਫ ਇੰਨਾ ਗਾ ਵੀ ਕੱਲ੍ਹ ਯਾਨੀ ਕਿ ਪੂਰੇ 8 ਮਹੀਨੇ ਹੋ ਗਏ ਨੇ ਸਾਡੇ ਕਿਸਾਨਾਂ ਨੂੰ ਇੱਥੇ ਦਿੱਲੀ ਦੀਆਂ ਬਰੂਹਾਂ 'ਤੇ ਬੈਠਿਆਂ ਨੂੰ। ਅਤੇ ਤਿੰਨ ਜੋ ਮੋਦੀ ਸਰਕਾਰ ਨੇ, ਕੇਂਦਰ ਸਰਕਾਰ ਨੇ ਤਿੰਨ ਬਿੱਲ ਲਾਗੂ ਕਰੇ ਨੇ, ਉਹ ਕਿਸਾਨੀ ਦੇ ਵਿਰੋਧ 'ਚ ਨੇ। ਅਤੇ ਜਿਹੜੀ ਸਰਕਾਰ ਬਣਦੀ ਆ ਉਹ ਲੋਕਾਂ ਦੇ ਪੱਖ ਲਈ ਬਣਦੀ ਆ, ਉਹ ਫੋਰ ਦਾ ਪੀਪਲ ਬਣਦੀ ਆ। ਅਤੇ ਪਰ ਮੈਨੂੰ ਲੱਗਦਾ ਕਿ ਇੱਥੇ ਜਿਹੜੀ ਸਰਕਾਰ ਆ ਉਹ ਕਿਸਾਨਾਂ ਦਾ ਪੱਖ ਨਹੀਂ ਲੈ ਰਹੀ, ਉਹਨਾਂ ਦੇ ਵਿਰੋਧ 'ਚ ਉਹਨਾਂ ਨੇ ਕਾਨੂੰਨ ਪਾਸ ਕਰੇ ਨੇ। ਅਤੇ ਕੁਛ ਸਾਡੇ ਜਿਹੜੇ ਮੰਤਰੀ ਸਾਹਿਬਾਨ ਨੇ, ਮੈਨੂੰ ਲੱਗਦਾ ਉਹਨਾਂ ਨੂੰ ਖੇਤੀ ਦਾ ਕੁਛ ਵੀ ਨਹੀਂ ਪਤਾ। ਸੋ ਮੈਨੂੰ ਲੱਗਦਾ ਕਿ ਜਿਹੜੇ ਤਿੰਨ ਕਾਨੂੰਨ ਨੇ ਸਾਡੀਆਂ ਜਿਹੜੀਆਂ ਜਥੇਬੰਦੀਆਂ ਨੇ ਉਹ ਬੜੇ ਵਧੀਆ ਤਰੀਕੇ ਨਾਲ ਸਾਨੂੰ ਐਜ਼ ਆ ਲੀਡਰ ਲੀਡ ਕਰ ਰਹੀਆਂ ਨੇ। ਅਤੇ ਅਸੀਂ, ਮੈਨੂੰ ਪੂਰਨ ਵਿਸ਼ਵਾਸ ਆ ਕਿ ਅਸੀਂ ਜਿਹੜਾ ਇਹ ਲੜਾਈ ਜਿੱਤਾਂਗੇ। ਅਤੇ ਬਿਲਕੁਲ ਅੱਜ ਤੱਕ ਜਿਹੜਾ ਸਭ ਤੋਂ ਵੱਡਾ ਐਜੀਟੇਸ਼ਨ ਹੋਇਆ ਉਹ ਪਗੜੀ ਸੰਭਾਲ ਐਜੀਟੇਸ਼ਨ ਸੀ, ਅਜੀਤ ਸਿੰਘ ਹੋਰਾਂ ਨੇ ਕਰਿਆ ਸੀਗਾ। ਅਤੇ ਇਹ ਐਜੀਟੇਸ਼ਨ ਉਹਦੇ ਨਾਲ ਵੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਾਡੀਆਂ ਜਥੇਬੰਦੀਆਂ ਨੇ ਤਕੜੇ ਹੋ ਕੇ ਲੜਿਆ। ਅੱਜ ਮੈਂ, ਵੈਸੇ ਮੈਂ ਕਾਂਗਰਸ ਪਾਰਟੀ ਦਾ MLA ਹਾਂ, ਪਰ ਅੱਜ ਜਿਹੜਾ ਉਰੇ ਆਏ ਹਾਂ ਤਾਂ ਸਿਰਫ ਹਰਾ ਰੰਗ, ਕਿਸਾਨੀ ਦਾ ਝੰਡਾ। ਬਿਲਕੁਲ ਅਸੀਂ ਜਿਹੜਾ ਪੈਦਲ ਯਾਤਰਾ ਕਰੀ ਆ ਉਹਦਾ ਜਿਹੜਾ ਇੱਕ ਇੱਕ ਕਦਮ ਆ, ਅਸੀਂ ਕਿਸਾਨਾਂ ਦੇ ਜਿਹੜਾ ਐਜੀਟੇਸ਼ਨ ਆ ਉਹਦੇ ਲੇਖੇ ਲਾਉਣਾ ਚਾਹੁੰਦੇ ਹਾਂ। ਅਤੇ ਗੁਰੂ ਮਹਾਰਾਜ ਦੇ ਹਾਜ਼ਰੀ 'ਚ ਇਹ ਅਰਦਾਸ ਕਰਕੇ ਤੁਰੇ ਹਾਂ ਵੀ ਸਾਡਾ ਚੱਲਿਆ ਹੋਇਆ ਇੱਕ ਇੱਕ ਕਦਮ ਸਹਾਈ ਹੋਵੇ ਅਤੇ ਜਿਹੜੀ ਕੇਂਦਰ ਦੀ ਸਰਕਾਰ ਆ ਗੁਰੂ ਮਹਾਰਾਜ ਉਹਨੂੰ ਸਮਰਥ ਬਖਸ਼ਣ ਅਤੇ ਜਲਦੀ ਹੀ ਤਿੰਨੇ ਕਾਨੂੰਨ ਰੱਦ ਕਰਕੇ ਕਿਸਾਨ ਖੁਸ਼ੀ ਖੁਸ਼ੀ ਆਪਦੇ ਜਿਹੜੇ ਘਰਾਂ 'ਚ ਜਾਣ। ਮੇਰਾ ਨਾਮ ਸਿਮਰਤ ਖੰਗੂੜਾ, ਮੈਂ ਦਲਜੀਤ ਸਿੰਘ ਗੋਲਡੀ ਖੰਗੂੜਾ ਕੀ ਵਾਈਫ ਹੂੰ। ਰਹੀ ਬਾਤ ਮਹਿਲਾਓਂ ਕੀ ਸੰਸਦ ਕੀ, ਬਹੁਤ ਇੱਕ ਬੜੀਆ ਕਦਮ ਉਠਾਇਆ ਗਿਆ ਮਹਿਲਾਓਂ ਕੀ ਤਰਫ ਸੇ, ਔਰ ਇਸਕਾ ਏਕ ਹੀ ਏਕ ਸਿਰਫ ਏਕ ਹੀ ਵੋ ਸਭਕੋ ਬਤਾਨਾ ਚਾਹਤੀ ਹੈ, ਏਕ ਹੀ ਉਨਕਾ ਸੁਨੇਹਾ ਹੈ ਕਿ ਹਮ ਆਪਣੇ ਭਾਈਓਂ ਕੇ ਸਾਥ, ਆਪਣੇ ਪਤੀਓਂ ਕੇ ਸਾਥ ਮੋਢੇ ਸੇ ਮੋਢਾ ਲਗਾ ਕੇ ਖੜੇ, ਕਭੀ ਵੀ ਹਮਾਰੀ ਜ਼ਰੂਰਤ ਪੜੇਗੀ ਹਮ ਉਨਕੇ ਸਾਥ ਚਲੇਂਗੇ। ਔਰ ਜੋ ਸੰਸਦ ਲਗੀ ਹੈ, ਸੰਸਦ ਮੇਂ ਜੋ ਬਾਤਚੀਤ ਹੋਈ ਹੈ, ਜੈਸੇ ਪਹਿਲੇ ਵੀ ਗੋਲਡੀ ਜੀ ਨੇ ਕਹੀ ਥੀ, ਜੋ ਹਮਾਰੀ ਚੁਨਿੰਦਾ ਨੇਤਾਓਂ ਕੀ ਸੰਸਦ ਹੈ, ਉਸਮੇਂ ਤੋ ਕਿਸੀ ਕਾ ਪਕਸ਼ ਕੋਈ ਲੇਤਾ ਹੀ ਨਹੀਂ, ਵੋ ਸਿਰਫ ਆਪਣੀ ਬਾਤ ਮਨ ਕੀ ਬਾਤ ਬਤਾਤੇ, ਕਿਸੀ ਕੀ ਮਨ ਕੀ ਬਾਤ ਨਹੀਂ ਸੁਣਤੇ। ਜੋ ਹਮਾਰੀ ਸੰਸਦ ਲਗੀ ਹੈ, ਮਹਿਲਾਓਂ ਕੀ ਸੰਸਦ ਲਗੀ ਹੈ, ਮਨ ਕੀ ਬਾਤ ਉਸਮੇਂ ਸੁਣੀ ਗਈ ਹੈ, ਔਰ ਉਸਮੇਂ ਵਿਚਾਰ ਵਟਾਂਦਰਾ ਵੀ ਹੋਇਆ ਕਿ ਕੈਸੇ ਔਰ ਕਹਾਂ ਹਮੇਂ ਕਿਆ ਕਿਆ ਕਰਨਾ ਚਾਹੀਏ।